ਵੀਰ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਵੀ ਲੋਕਡਾਊਨ ਤੋਂ ਬਾਅਦ ਕਿੱਦਾਂ ਕੀ ਮਹਿਸੂਸ ਕਰਦੇ ਹੋ ਲੋਕਡਾਊਨ ਤੋਂ ਬਾਅਦ ਵਧੀਆ ਆ ਕੋਈ ਮਨੋਰੰਜਨ ਲਈ ਕੋਈ ਚੀਜ਼ ਆ ਰਹੀ ਆ ਵਧੀਆ ਗੱਲ ਆ ਫਿਲਮ ਵਧੀਆ ਆ ਨਾਲੇ ਟ੍ਰੇਲਰ ਦੇਖਿਆ ਸੀਗਾ ਉਦਾਂ ਠੀਕ ਹੀ ਆ ਸਾਰਾ ਕੁਝ ਹੁਣ ਚੈਰੀ ਹੋ ਗਿਆ ਫਿਲਮ ਆਈ ਨੂੰ ਕਿਸੇ ਨੂੰ ਪੰਜਾਬੀ ਨੂੰ ਬਹੁਤ ਵਧੀਆ ਆ ਹਾਂਜੀ ਹਾਂਜੀ ਆਪਣੇ ਫਰੈਂਡਾਂ ਫਰੁੰਡਾਂ ਨਾਲ ਵਧੀਆ ਇੰਜੋਏ ਕਰਾਂਗੇ ਆਪਾਂ ਕੋਈ ਚੱਕਰ ਨਹੀਂ ਵਧੀਆ ਆ ਫਿਲਮ ਆਈ ਆ ਮਤਲਬ ਕਿ ਅਸੀਂ ਟ੍ਰੇਲਰ ਦੇਖਿਆ ਬਹੁਤ ਵਧੀਆ ਫਿਲਮ ਟ੍ਰੇਲਰ ਬਹੁਤ ਵਧੀਆ ਆ ਟ੍ਰੇਲਰ ਕਿ ਫਿਲਮ ਆਈ ਲੋਕਡਾਊਨ ਤੋਂ ਬਾਅਦ ਬਹੁਤ ਵਧੀਆ ਅਸੀਂ ਆਪਣੇ ਫਰੈਂਡ ਨਾਲ ਇੰਜੋਏ ਕਰਾਂਗੇ ਪੰਜਾਬੀ ਫਿਲਮ ਕਾਫੀ ਟਾਈਮ ਬਾਅਦ ਹੀ ਆਈ ਆ ਹੁਣ ਪਹਿਲਾਂ ਆਈ ਨਹੀਂ ਸੀਗੀ ਪਹਿਲਾਂ ਬਹੁਤ ਵਧੀਆ ਇੰਜੋਏ ਕਰਾਂਗੇ ਜੀ ਭਾਅ ਜੀ ਸੋਨਮ ਬਾਜਵਾ ਅਤੇ ਐਮੀ ਵਿਰਕ ਆਪਣਾ ਪਹਿਲਾਂ ਹੀ ਗਾ ਪਾਉਂਦੇ ਸੀ ਅਤੇ ਹੁਣ ਫਿਰ ਉਹਨਾਂ ਨੇ ਵਧੀਆ ਕਰਕੇ ਲੋਕਡਾਊਨ ਤੋਂ ਬਾਅਦ ਉਹਨਾਂ ਦੀ ਫਿਲਮ ਆਉਣ ਲੱਗੀ ਆ ਅਤੇ ਨਾਲ 2 ਅਪ੍ਰੈਲ ਨੂੰ ਸ਼ਾਇਦ ਰਿਲੀਜ਼ ਹੋਣੀ ਆ ਅਤੇ ਵਧੀਆ ਹੋਊਗਾ ਕਿ ਨਾਲ ਐਂਟਰਟੇਨਮੈਂਟ ਵੀ ਹੋਊਗਾ ਤੁਹਾਡੇ ਇੱਕ ਫੈਮਿਲੀ ਦੇ ਨੇ ਸਰ ਦੱਸਿਆ ਕਿ ਕਿੱਦਾਂ ਹੁੰਦਾ ਮਤਲਬ ਹਾਸਾ ਬਹੁਤ ਹੈ ਇਹਦੇ 'ਚ ਅਤੇ ਮਤਲਬ ਮਜ਼ਾ ਹੋਊਗਾ ਦੋਸਤਾਂ ਨਾਲ ਦੇਖ ਕੇ ਤਾਂ ਫੈਮਿਲੀ ਨਾਲ ਬਹਿ ਕੇ ਦੇਖਣ ਦਾ ਸਵਾਦ ਹੀ ਵੱਖਰਾ ਹੋਣਾ ਇਹਦਾ ਭਾਅ ਜੀ ਇੱਕ ਲੋਕਡਾਊਨ ਤੋਂ ਬਾਅਦ ਇੱਕ ਮਤਲਬ ਆਊਟਿੰਗ ਦਾ ਉਹ ਹੋ ਜਾਂਦਾ ਨਾ ਕਿ ਬੰਦਾ ਆਊਟਿੰਗ ਕਰਨ ਜਾਂਦਾ ਜੇ ਕਾਲਜ ਸਟੂਡੈਂਟਸ ਹੋ ਗਏ ਆਊਟਿੰਗ ਕਰਨ ਜਾਂਦੇ ਆ ਜਿੱਦਾਂ ਕਈ ਕਪਲਸ ਹੁੰਦੇ ਆ ਅਤੇ ਉਹਨਾਂ ਦਾ ਇੱਕ ਨਾ ਵਧੀਆ ਟਾਈਮ ਪਾਸ ਵੀ ਹੋ ਜਾਣਾ ਅਤੇ ਸਾਰਾ ਚੀਜ਼ਾਂ ਵਧੀਆ ਹੋਣੀਆਂ ਅਤੇ ਉਸ ਕਰਕੇ ਵਧੀਆ ਮਤਲਬ ਇੱਕ ਐਮੀ ਵਿਰਕ ਤਾਂ ਪਹਿਲਾਂ ਹੀ ਮਤਲਬ ਗਾਹ ਪਾਉਂਦਾ ਸੀ ਅਤੇ ਹੁਣ ਉਹਨਾਂ ਨੇ ਪੁਆੜੇ ਫਿਲਮ ਕਰਕੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਭਾਅ ਜੀ ਗੱਲ ਆ ਵੀ ਬਹੁਤ ਵਧੀਆ ਚੀਜ਼ ਆ ਵੀ ਵਿਰਕ ਦੀ ਫਿਲਮ ਅੱਗੇ ਵੀ ਬਹੁਤ ਵਧੀਆ ਹੁੰਦੀਆਂ ਜਿੰਨੀਆਂ ਵੀ ਫਿਲਮਾਂ ਉਹਨਾਂ ਦੀਆਂ ਆਈਆਂ ਹੁਣ ਲੋਕਡਾਊਨ ਤੋਂ ਬਾਅਦ ਇੰਨੇ ਚਿਰ ਤੋਂ ਬਾਅਦ ਦੁਬਾਰਾ ਉਹਨਾਂ ਦੀ ਕੋਈ ਨਵੀਂ ਫਿਲਮ ਆ ਰਹੀ ਆ ਬਹੁਤ ਵਧੀਆ ਫਿਲਮ ਹੈ ਫੈਮਿਲੀ ਦੇ ਨਾਲ ਦੇਖਣ ਵਾਲੀ ਪਿਕਚਰ ਆ ਵੀ ਬੰਦਾ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਜਾ ਕੇ ਇੰਟਰਟੇਨਮੈਂਟ ਕਰ ਸਕਦਾ ਆ ਅਤੇ ਫੈਮਿਲੀ ਪਿਕਚਰ ਆ ਅਤੇ ਥੋੜ੍ਹਾ ਜਿਹਾ ਬੰਦਾ ਆਪਣਾ ਜਿੱਦਾਂ ਲੋਕਡਾਊਨ ਤੋਂ ਬਾਅਦ ਹੁਣ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਪੀਪਲ ਇਹਨਾਂ ਦਿਨਾਂ ਦੇ ਵਿੱਚ ਹੀ ਅੱਗੇ ਮਾਰਚ ਮਹੀਨੇ 'ਚ ਹੀ ਲੋਕਡਾਊਨ ਲੱਗਿਆ ਸੀਗਾ ਅਤੇ ਹੁਣ ਲੋਕਡਾਊਨ ਦੇ ਵਿੱਚ ਤੋਂ ਬਾਅਦ ਫਸਟ ਪਿਕਚਰ ਹੈ ਜਿਹੜੀ ਪੰਜਾਬੀ ਇੰਡਸਟਰੀ ਦੀ ਐਮੀ ਵਿਰਕ ਹੋਣਾ ਦੀ ਪਿਕਚਰ ਆ ਰਹੀ ਹੈ ਅਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਪਿਕਚਰ ਦੇਖਣੀ ਚਾਹੀਦੀ ਹੈ ਵਧੀਆ ਪਿਕਚਰ ਆ ਔਰ ਫੈਮਿਲੀ ਪਿਕਚਰ ਆ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੱਜ ਹੈ ਜੀ ਐਮੀ ਵਿਰਕ ਵੀਰੇ ਦੀ ਆਪਾਂ ਮੂਵੀ ਦੇਖੀ ਸੀ ਲੋਕਡਾਊਨ ਤੋਂ ਪਹਿਲਾਂ ਜਿਹੜੀ ਸੋਨਮ ਬਾਜਵਾ ਦੇ ਨਾਲ ਇਹਨਾਂ ਦੋਨਾਂ ਦੀ ਜੋੜੀ ਸੀ ਕਾਫੀ ਪਸੰਦ ਕੀਤਾ ਗਿਆ ਸੀ ਇਹਨਾਂ ਦੀ ਮੂਵੀ ਨੂੰ ਕਾਫੀ ਅੱਛਾ ਰਿਸਪੋਂਸ ਮਿਲਿਆ ਸੀ ਹੁਣ ਅਸੀਂ ਇਹਦਾ ਇੱਕ ਮੂਵੀ ਦਾ ਟ੍ਰੇਲਰ ਦੇਖਿਆ ਦੋਨਾਂ ਦੀ ਜੋੜੀ ਫਿਰ ਲੋਕਡਾਊਨ ਤੋਂ ਬਾਅਦ ਪੁਆੜਾ ਤੁਹਾਨੂੰ ਤਾਂ ਪਤਾ ਹੀ ਹੈ ਜੀ ਹਰ ਇੱਕ ਘਰ ਦੇ ਵਿੱਚ ਹੁਣ ਅੱਜ ਕੱਲ੍ਹ ਥੋੜ੍ਹੀਆਂ ਨਿੱਕੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਵਾ ਪੁਆੜੇ ਪੈਂਦੇ ਰਹਿੰਦੇ ਆ ਮੂਵੀ ਦਾ ਟ੍ਰੇਲਰ ਦੇਖਿਆ ਵਾ 10ਾਂ ਵਿੱਚੋਂ 10 ਨੰਬਰ ਹੀ ਆ ਬਾਕੀ ਹੁਣ ਜਾ ਕੇ ਮੂਵੀ ਦੇਖਾਂਗੇ ਕੀ ਰਿਸਪੋਂਸ ਮਿਲਦਾ ਉਹ ਮੂਵੀ ਦੇਖ ਕੇ ਬਾਅਦ ਹੀ ਦੱਸਾਂਗੇ ਬਾਕੀ ਜੋੜੀ ਨੂੰ ਬਹੁਤ ਵਧੀਆ ਅਸੀਂ ਪਸੰਦ ਕੀਤਾ ਪਸੰਦ ਹੀ ਕਰਦੇ ਰਹਾਂਗੇ ਇਹਨਾਂ ਦੀ ਜੋੜੀ ਨੂੰ